ਅ ਇਕਨੋਮੀ ਦੀਆਂ ਗੱਲਾਂ ਵੱਲੋਂ ਹਰਜੋਤ ਸਿੰਘ ਜੀ ਥੋੜੀ ਜੀ ਹੋਰ ਗੱਲ ਕਰਦੇ ਜਾਈਏ ਤਾਂ ਸੋਸ਼ਲ ਸਿਕਿਉਰਿਟੀ ਕਾਸਟ ਆਫ ਲਿਵਿੰਗ ਅਡਜਸਟਮੈਂਟ ਦਾ ਉਸ ਦੇ ਨਵੇਂ ਐਸਟੀਮੇਟ ਆਏ ਨੇ ਬੀਤੇ ਸਾਲ ਦੇ ਵਿੱਚ ਸੋਸ਼ਲ ਸਿਕਿਉਰਿਟੀ ਦੇ ਕਾਸਟ ਆਫ ਲਿਵਿੰਗ ਅਡਜਸਟਮੈਂਟ 5% ਇਜਾਫਾ ਕੀਤਾ ਗਿਆ ਸੀ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਬੈਨੇਫਿਸ਼ੀਰੀ ਆ ਉਹਨਾਂ ਨੂੰ ਵਧ ਜਿਹੜੀ ਕਹ ਲੋ ਵੀ ਸੋਸ਼ਲ ਸਿਕਿਉਰਿਟੀ ਆ ਉਹ ਮਿਲਣੀ ਸ਼ੁਰੂ ਹੋਈ ਸੀ 2023 ਦੇ ਨਵੇਂ ਐਸਟੀਮੇਟ ਆ ਦ ਸੀਨੀਅਰ ਸਿਟੀਜ਼ਨ ਲੀਗ ਉਹਨਾਂ ਨੇ ਕਿਤੇ ਆ ਕਿ ਨਾ ਵੀ ਕੋਸਟ ਆਫ ਲਿਵਿੰਗ ਅਡਜਸਟਮੈਂਟ ਘੱਟੋ ਘੱਟ 10.5% ਹੋਣੀ ਚਾਹੀਦੀ ਆ ਜੇ ਇਸ ਲਿਹਾਜ ਦੇ ਨਾਲ ਇਨਫਲੇਸ਼ਨ ਮਹਿੰਗਾਈ ਜਿਹੜੀ ਵਧੀ ਆ ਤੇ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਬੈਨੇਫਿਸ਼ੀਰੀ ਆ ਉਸ ਦਾ ਲਾਭ ਲੈਣ ਵਾਲੇ ਆ ਉਹਨਾਂ ਦੇ ਲਈ 10.5% ਕੋਸਟ ਆਫ ਲਿਵਿੰਗ ਅਡਜਸਟਮੈਂਟ ਹੋਣੀ ਚਾਹੀਦੀ ਆ ਨਵੇਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਡਾਟਾ ਨੇ ਆਲਰੇਡੀ ਆਪਾਂ ਨੂੰ ਇਹ ਦੱਸਿਆ ਪਹਿਲਾਂ ਆਪਾਂ ਖਬਰਾਂ ਵਿੱਚ ਦੱਸਿਆ ਵੀ 9.1% 인ਫਲੇਸ਼ਨ ਮਹਿੰਗਾਈ ਹੋਰ ਵਧੀ ਆ 인ਫਲੇਸ਼ਨ ਜੇ ਕੋਲ ਡਾਊਨ ਨਹੀਂ ਹੋਈ ਉਹ ਅਜੇ ਵੀ ਤਤੀ ਰੈਡ ਹੌਟ ਜਿਹੜੀ ਉਹ ਚੱਲ ਰਹੀ ਆ ਸੋ ਉਸ ਦੇ ਕਰਕੇ ਇਹ ਇਹ ਨਵੀਂ ਜਿਹੜੀ ਚੀਜ਼ ਆ ਉਹ ਸਾਹਮਣੇ ਪੇਸ਼ ਕਰ ਰਹੇ ਆ ਕਹਿੰਦੇ ਵੀ 10.5% ਕੋਸਟ ਆਫ ਲਿਵਿੰਗ ਅਡਜਸਟਮੈਂਟ ਦਾ ਮਤਲਬ ਆ ਵੀ ਜਿਹੜੀ ਰਿਟਾਇਰਮੈਂਟ ਬੈਨੀਫਿਟ ਟੈਸਟ ਟਾਈਮ ਜਿਹੜੇ ਸੀਨੀਅਰਸ ਉਹਨਾਂ ਨੂੰ ਮਿਲ ਰਿਹਾ ਸੋਸ਼ਲ ਸਿਕਿਉਰਿਟੀ ਬੈਨੀਫਿਸ਼ੀਅਨ ਮਿਲ ਰਹੇ ਆ ਉਸਦੇ ਵਿੱਚ 175 ਡਾਲਰ ਦਾ ਇਜਾਫਾ ਹੋਣਾ ਚਾਹੀਦਾ ਆ ਇਹ ਹੋਣਾ ਹੈ ਕਿ ਨਹੀਂ ਹੋਣਾ ਉਹ ਤਾਂ ਸਰਕਾਰ ਨੇ ਤੈਅ ਕਰਦਾ ਆ ਪਰ ਜਿਹੜੀ ਸੀਨੀਅਰ ਸਿਟੀਜ਼ਨ ਲੀਗ ਆ ਇਹਨਾਂ ਨੇ ਆਪਣੀ ਇੱਕ ਸਟੱਡੀ ਦੇ ਵਿੱਚ ਇਹ ਪਾਇਆ ਆ ਰਾਈਟ ਨਾਓ ਐਵਰੇਜ ਮੰਥਲੀ ਰਿਟਾਇਰਮੈਂਟ ਬੈਨੀਫਿਟ ਜਿਹੜੇ ਸੋਸਲ ਸਿਕਿਉਰਿਟੀ ਦੇ ਲਾਭਪਾਤਰੀ ਆ ਉਹਨਾਂ ਨੂੰ 1668 ਡਾਲਰ ਮਿਲਦਾ ਹੈਗਾ ਆ ਸੋ ਇਹ ਕਹਿੰਦੇ ਵੀ ਕੰਪੈਰੀਜ਼ਨ ਜੀਐਸਸੀ ਗਰੁੱਪ ਦਾ ਪਿਛਲੇ 2 ਮਹੀਨਿਆਂ ਦੇ ਵਿੱਚ ਆਲਰੇਡੀ ਚੇਂਜ ਹੋਇਆ ਆ ਪਹਿਲਾਂ ਸੋਚ ਰਹੇ ਸੀਗੇ ਵੀ ਜਿਹੜੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਆ ਉਹ 8.6% ਹੋਊਗੀ ਪਰ ਮਹਿੰਗਾਈ ਦੇ ਲਗਾਤਾਰ ਵਧਣ ਦੇ ਕਰਕੇ ਇਹਨਾਂ ਨੇ ਰੀਐਡਜਸਟ ਕਰਕੇ ਇਸ ਨੂੰ 10.5% ਦੇ ਉੱਤੇ ਲਿਆਂਦਾ ਹੈਗਾ ਆ ਸੋ ਪਿਛਲੇ 12 ਮਹੀਨਿਆਂ ਦੇ ਵਿੱਚ ਮਹਿੰਗਾਈ 9% ਤੋਂ ਵੱਧ ਅ ਜੀ ਡੀਓ ਹੋ ਵਧੀਆ ਹੁਣ ਬਹੁਤ ਸਾਰੇ ਲੋਕ ਕਹੀ ਰੀ ਸਾਨੂੰ ਕਹਿ ਦਿੰਦਾ ਵੀ ਤੁਸੀਂ ਡਰਾਉਨੇ ਬਹੁਤ ਆ ਇਦਾਂ ਦੀ ਖਬਰ ਜਿਹੜੀ ਉਹ ਨਾਂ ਦੱਸਿਆ ਕਰੋ ਨਾਂ ਕਰਿਆ ਕਰੋ ਪਰ ਹੁਣ ਮਹਿੰਗਾਈ ਹੋਈ ਆ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਆ ਅਸੀਂ ਦਸੀਏ ਨਾਂ ਦਸੀਏ ਤੁਹਾਡੇ ਬਟੂਏ ਨੂੰ ਤੁਹਾਡੇ ਬੈਂਕ ਅਕਾਊਂਟ ਨੂੰ ਉਹਦਾ ਤਾਂ ਪਤਾ ਲੱਗ ਹੀ ਰਿਹਾ ਆ ਉਸ ਦੇ ਉੱਤੇ ਅਸਰ ਤਾਂ ਹੈਗਾ ਹੀ ਆ ਸੋ ਸਾਡੇ ਦੱਸਣ ਦਾ ਮਕਸਦ ਇਹੀ ਹੁੰਦਾ ਆ ਵੀ ਤੁਸੀਂ ਕੋਈ ਵੀ ਜਦੋਂ ਵਾਧੂ ਚੀਜ਼ ਬੇਲੋੜੀ ਚੀਜ਼ ਖਰੀਦਣ ਬਾਰੇ ਜਿਹੜਾ ਉਹ ਸੋਚ ਰਹੇ ਆ ਉਸ ਨੂੰ ਦੋ ਤਿੰਨ ਵਾਰੀ ਜਿਹੜਾ ਉਹ ਵੱਧ ਸੋਚੋ ਵੀ ਕੀ ਵਾਕਈ ਆਪਾਂ ਨੂੰ ਜ਼ਰੂਰਤ ਆ ਕੀ ਇਸ ਤੋਂ ਬਿਨਾਂ ਸਰ ਸਕਦਾ ਆ ਕੀ ਕੋਈ ਬਹੁਤ ਜ਼ਿਆਦਾ ਮਹਿੰਗੀ ਚੀਜ਼ ਤੇ ਨਹੀਂ ਆਪਾਂ ਤੈਸ਼ ਜਾ ਕੇ ਜਾਂ ਉਦਾਂ ਹੀ ਜਿਹੜਾ ਹੈ ਦੇਖੋ ਦੇਖੀ ਜਿਹੜਾ ਉਹ ਖਰੀਦਣ ਲੱਗੇ ਸੋ ਆਪਾਂ ਨੂੰ ਉਸ ਤੇ ਉੱਤੇ ਕੰਟਰੋਲ ਜਿਹੜਾ ਜ਼ਰੂਰ ਰੱਖਣ ਦੀ ਜ਼ਰੂਰਤ ਆ ਸੋ ਜੇ ਤਾਂ ਅਤ ਜ਼ਰੂਰੀ ਕੋਈ ਚੀਜ਼ਾਂ ਜਿਹੜੀਆਂ ਲੈਣੀਆਂ ਆ ਉਹ ਤਾਂ ਲੈਣੀਆਂ ਲੈਣੀਆਂ ਉਹਦੇ ਵਿੱਚ ਤਾਂ ਕੋਈ ਹੋਰ ਚਾਹਾਂ ਨਹੀਂ ਕੀ ਉਸ ਤੋਂ ਕਈ ਚੀਜ਼ਾਂ ਤੋਂ ਬਿਨਾਂ ਸਰ ਸਕਦਾ ਆ ਤਾਂ ਭਾਈ ਆਪਾਂ ਨੂੰ ਜ਼ਰੂਰ ਇਸ ਦੇ ਵਿੱਚ ਦੇਖਣ ਦੀ ਜ਼ਰੂਰਤ ਹੈ ਬਹੁਤ ਸਾਰੇ ਇਕਨੋਮਿਸਟ ਹੁਣ ਇਹ ਕਹਿ ਰਹੇ ਆ ਵੀ ਅਪਰ ਸੈਸ਼ਨ ਦੀਆਂ ਐਕਸਪਰਟ ਇਕਨੋਮਿਸਟ ਉਹ ਤਾਂ ਸੌਣਦੇ ਆ ਪਰ ਆਮ ਲੋਕਾਂ ਨੂੰ ਸਾਨੂੰ ਕੀ ਕਰਨਾ ਚਾਹੀਦਾ ਹੈਗਾ ਉਹ ਵੀ ਆਪਣੇ ਉਹਨਾਂ ਨੇ ਵਿਚਾਰ ਦੇਣੇ ਸ਼ੁਰੂ ਕੀਤੇ ਹੈਗੇ ਆ ਇੱਕ ਫਾਈਨੈਂਸ ਐਕਸਪਰਟ ਜੀਨ ਚਰਸਕੀ ਹੈਗੇ ਆ ਉਹਨਾਂ ਨੇ ਕੁਝ ਪੁਆਇੰਟ ਦਿੱਤੇ ਆ ਵੀ ਹਰ ਇੱਕ ਆਮ ਬੰਦੇ ਨੂੰ ਹੁਣ ਕੀ ਕਰਨਾ ਚਾਹੀਦਾ ਕਿਉਂਕਿ ਰੈਸੈਸ਼ਨ ਤਾਂ ਕਈ ਤਾਂ ਕਹਿ ਰਹੇ ਆ ਵੀ ਪਿਛਲੇ 5 ਮਹੀਨਿਆਂ ਤੋਂ ਆ ਰਿਹਾ ਆ ਕਈ ਕਹਿ ਰਹੇ ਆ ਵੀ 5 ਮਹੀਨਿਆਂ ਚ ਆ ਜਾਣਾ ਕਈ ਕਹਿ ਰਹੇ ਆ ਵੀ ਦਸੰਬਰ 2023 ਦੇ ਵਿੱਚ ਫੁੱਲ ਫਲੈਜਰ ਰੈਸੈਸ਼ਨ ਹੋਊਗਾ ਪਰ ਹੁਣ ਆਪਾਂ ਜਾਣੇ ਆ ਵਾਰ ਹੁਣ ਤੁਹਾਨੂੰ ਪਤਾ ਲੱਗੇ ਜਾਂਦਾ ਆ ਵੀ ਰੈਸੈਸ਼ਨ ਹੈਗਾ ਨਹੀਂ ਹੈਗਾ ਜਿਹੜੇ ਜਿਹੜੀ ਜੋਬ ਚੱਲ ਗਈ ਉਹ ਤਾਂ ਰੈਸੈਸ਼ਨ ਚ ਹੀ ਆ ਬਾਕੀ ਮਹਿੰਗਾਈ ਤਾਂ ਤੁਸੀਂ ਦੇਖ ਹੀ ਰਹੇ ਹੈਗੇ ਆ ਸੋ ਉਹਨਾਂ ਨੇ ਜੋ ਪੁਆਇੰਟ ਦਿੱਤੇ ਆ ਉਹ ਕਹਿੰਦੇ ਵੀ ਸਭ ਤੋਂ ਮੇਨ 1.8 ਹੁੰਦਾ ਆ ਕਿ ਮੇਕ ਸ਼ੂਰ ਕਰੋ ਕਿ ਤੁਸੀਂ ਸਪੈਂਡ ਕਿੰਨਾ ਮਨੀ ਕਰਦੇ ਜਿੰਨਾ ਲੈ ਕੇ ਆ ਰਹੇ ਆ ਉਹਦੇ ਨਾਲੋਂ ਘੱਟ ਸਪੈਂਡ ਕਰਦੇ ਜਾਂ ਜ਼ਿਆਦਾ ਕਰਦੇ ਆ ਜੇ ਜ਼ਿਆਦਾ ਕਰਦੇ ਆ ਤਾਂ ਫਿਰ ਨੈਚੁਰਲੀ ਤੁਹਾਡੀ ਜਿਹੜੀ ਆ ਉਹ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਹੋਣੀ ਹੈਗੀ ਆ ਇਹ ਇੱਕ ਸਭ ਤੋਂ ਜਿਹੜਾ ਮੇਨ ਪੁਆਇੰਟ ਉਹਨਾਂ ਨੇ ਦੱਸਿਆ ਆ ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੇ ਇੱਕ ਫੈਮਿਲੀ ਚ ਦੋ ਦੋ ਜਣੇ ਕੰਮ ਕਰਨ ਵਾਲੇ ਆ ਤੇ ਘੱਟੋ ਘੱਟ ਤੁਹਾਡੇ ਕੋਲ 3 ਮਹੀਨਿਆਂ ਦੀ ਪੂਰੇ ਜਿੰਨਾ ਖਰਚਾ ਹੁੰਦਾ ਉਹ ਸੇਵਿੰਗ ਹੋਣੀ ਚਾਹੀਦੀ ਹੈਗੀ ਆ ਜੇ ਇੱਕ ਜਣਾ ਲੀਫ ਹੋ ਜਾਂਦਾ ਤੇ ਜੇ ਤੁਸੀਂ ਦੋ ਇੱਕ ਜਣਾ ਕੰਮ ਕਰਦਾ ਹੈਗਾ ਤੇ ਘੱਟੋ ਘੱਟ ਤੁਹਾਡੇ ਕੋਲ 6 ਮਹੀਨੇ ਦੀ ਜਿਹੜੀ ਆ ਇਨਕਮ ਸੇਵਿੰਗਸ ਹੋਣੀ ਚਾਹੀਦੀ ਆ ਇਨ ਕੇਸ ਸਮਥਿੰਗ ਹੈਪਨਸ ਸੂਜੀ ਔਰਮਨ ਨੂੰ ਵੀ ਆਪਾਂ ਬਹੁਤ ਸਾਰੇ ਜਾਣਦੇ ਹੈਗੇ ਆ ਉਹ ਔਮਨ ਐਂਡ ਮਨੀ ਪੋਡਕਾਸਟ ਕਰਦੀ ਆ ਕਾਫੀ ਲੰਮੇ ਸਮੇਂ ਤੋਂ ਉਹਦੇ ਵਿਚਾਰੇ ਆ ਵੀ 8 ਤੋਂ ਲੈ ਕੇ 12 ਮਹੀਨੇ ਤੱਕ ਤੁਹਾਡੇ ਕੋਲ ਐਮਰਜੈਂਸੀ ਫੰਡਸ ਦੀ ਸੇਵਿੰਗ ਹੋਣੀ ਚਾਹੀਦੀ ਆ ਨਹੀਂ ਤਾਂ ਪ੍ਰੋਬਲਮ ਦੇ ਵਿੱਚ ਆ ਸਕਦੇ